ਤਾਂ ਦੇਖੋ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਆਪਾਂ ਜੋ ਮਰਜ਼ੀ ਇਹ ਸਭ ਤੋਂ ਵੱਧ ਕਿਸਾਨ ਮਛੰਦਾ ਦੀ ਸਰਕਾਰ ਕਹਿ ਸਕਦੇ ਮਾਫ਼ ਕਰ ਦਿਆ ਮਜ਼ਦੂਰਾਂ ਦੇ ਕਿਸਾਨਾਂ ਦੇ ਇੱਕ ਤਾਂ ਦੇਖੋ ਇਹ ਹੈ ਵੀ ਹਰੇਕ ਸੀਨੀਅਰ ਜਿਹੜੇ ਚੰਡੀਗੜ੍ਹ ਤੋਂ ਅਫਸਰ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਭੇਜਿਆ ਡਿਪਟੀ ਕਮਿਸ਼ਨਰ ਸਾਹਿਬ ਇੱਥੇ ਸਾਰੀਆਂ ਏਜੰਸੀਆਂ ਸੱਤੇ ਦੀਆਂ ਸੱਤੇ ਏਜੰਸੀਆਂ ਇਹਨਾਂ ਨੂੰ ਹਰ ਸੀਜ਼ਨ ਦੇ ਵਿੱਚ ਹਦਾਇਤਾਂ ਹੁੰਦੀਆਂ ਕਿ ਸਾਰਾ ਕੰਮਕਾਰ ਛੱਡ ਕੇ ਮੰਡੀਆਂ ਦੇ ਵਿੱਚ ਆਓ ਕਿਸਾਨਾਂ ਦੀ ਮਦਦ ਕਰਨਾ ਜਿਹੜੀ ਆਪਣੇ ਨਰਮੇ ਦੀ ਗੱਲ ਹੈ ਦੇਖੋ ਇਹ ਤੇ ਵੀ ਬਹੁਤ ਦੁੱਖ ਹੈ ਤੁਹਾਨੂੰ ਵੀ ਦੁੱਖ ਹੈ ਸਾਨੂੰ ਵੀ ਦੁੱਖ ਹੈ ਕਿਸਾਨ ਨੂੰ ਜਦੋਂ ਉਹਦੀ ਜੇ ਦੁੱਖ ਹੁੰਦਾ ਜੀ ਤੋ ਤੇ ਮੰਤਰੀ ਦੇ ਕੇਸ ਕਿਉਂ ਨਹੀਂ ਪਵਾਇਆ ਉਹਨੂੰ ਕਿਉਂ ਨਹੀਂ ਹੋਇਆ ਪਾਣੀ ਉਹਦੇ ਦਾ ਜੀ ਖਾਣਾ ਸਾਡਾ ਪਸਤਾਵ ਖਾ ਰਿਹਾ ਜੀ ਜਾਂ ਤੋ ਤੂੰ ਸਾਡਾ ਜੋੜ ਨਹੀਂ ਖੜਿਆ ਗਿਆ ਜਦੋਂ ਮੰਤਰੀ ਚੜ੍ਹ ਰਿਹਾ ਬਾਦਲ ਸਾਹਿਬ ਅਸਲੀ ਹੁੰਦਾ ਸਾਡੇ ਕਿਸਾਨਾਂ ਦਾ ਉਹ 40,000 ਦਾ ਮੁਆਵਜ਼ਾ ਦਿੰਦਾ ਸਾਡੇ ਕਿਸਾਨਾਂ ਨੂੰ ਬਿਨਾਂ ਧਰਨਿਆਂ ਤੋਂ ਜਿਹੜਾ ਮੋਰਚੇ ਲਾਉਂਦਾ ਰਿਹਾ ਜਿਹੜਾ ਆਪਦੀ ਮੋਰਚੇ ਲਾ ਕੇ ਗੱਦੀ ਤੇ ਬੁੜਿਆਂ ਨੇ ਹੱਡ ਕਟਾ ਕੇ ਪੁਲਿਸ ਤੋਂ ਅੱਜ ਗੱਦੀ ਤੇ ਆਇਆ ਤੇ ਮਜ਼ਦੂਰਾਂ ਨੂੰ ਮੁਆਵਜ਼ਾ ਮੰਗਿਆ ਸਾਡਾ ਉਹ ਨਹੀਂ ਦੇ ਰਹੇ 64 ਕਰੋੜ ਦਾ ਸਮਝੌਤਾ ਹੋਇਆ ਹਾਲ ਤੱਕ ਨਹੀਂ ਵੰਡਿਆ ਜਾ ਰਿਹਾ ਤੇ 8,000 ਸਾਡੀ ਉਹ 8,000 ਜਿਹੜੀ ਅਸੀਂ ਬਣਾਈ ਕਰਾਈ ਹੈ ਉਹ ਲੋਕਾਂ ਨੇ ਧੰਨਵਾਦ ਆ ਲੋਕਾਂ ਦਾ ਜਿਹਨਾਂ ਨੇ ਲੰਗਰ ਚਲਾਏ ਨੇ ਖੀਰਾਂ ਪਹੁੰਚਾਈਆਂ ਨੇ ਉਹਨਾਂ ਲੋਕਾਂ ਦਾ ਧੰਨਵਾਦ ਹੈ ਅਸੀਂ ਗੁਰੂ ਸਾਹਿਬ ਨੂੰ ਇੱਥੇ ਪੁੱਛਦੇ ਹਾਂ ਵੀ ਤੁਸੀਂ ਅੱਜ ਮੰਡੀਆਂ ਪੰਜਾਬ ਦੀਆਂ ਅੱਜ ਪੰਜਾਬ ਦੇ ਜਿਹੜੇ ਤੁਸੀਂ ਹਲਕੇ 'ਚ ਫਿਰ ਰਹੇ ਹੋ ਇਹ ਬਹੁਤ ਮਿੱਠਾ ਹੋ ਗਿਆ ਅਤੇ ਘੁੰਡਸਲੀ ਕੋਠੀ ਮੂਹਰੇ ਹਜ਼ਾਰਾਂ ਫੋਰਸ ਲਾ ਦਿੱਤੀ ਕਿਉਂ ਡਾਕੂ ਆਏ ਸੀ ਪੰਜਾਬ 'ਚ ਕੋਈ ਹਥਿਆਰ ਚੱਕੇ ਹੋਏ ਸੀ ਕਿਸਾਨਾਂ ਕੋਲ ਮਜ਼ਦੂਰਾਂ ਕੋਲ ਤੁਸੀਂ ਕਿਉਂ ਨਹੀਂ ਗੱਲ ਕਹਿ ਰਹੇ ਬਾਦਲ ਸਾਹਿਬ ਨੂੰ ਤੁਸੀਂ ਮੁੜ ਮੁੜ ਇੱਥੇ ਮੰਡੀਆਂ ਦੇ ਵਿੱਚ ਆ ਰਹੇ ਹੋ ਅੱਜ ਅਸੀਂ ਪ੍ਰਦਰਸ਼ਨ ਕੀਤਾ ਸੀ ਆਪਣੇ 22 ਤਰੀਕ ਨੂੰ ਭੂਰਿਆਂ ਦੀ ਮੰਡੀ 3 ਪਿੰਡਾਂ ਦੀ ਮੰਡੀ ਆ ਉਹ ਉੱਥੇ ਸਤਨਾਮ ਸਿੰਘ ਦੀ 14 ਦਿਨਾਂ ਦੀ ਫਸਲ ਆਈ ਹੋਈ ਪਈ ਸੀ 11-21 ਬਹੁਤ ਸੋਹਣੀ ਆਪਣੀ ਫਸਲ ਉਹ 1509 ਉਹਦੇ ਵਿੱਚ ਹੋਰ ਫਸਲਾਂ ਜਿਹੜੀਆਂ ਪਹਿਲੇ ਗੱਲ ਤਾਂ ਖਰੀਦੀਆਂ ਨਹੀਂ ਜਾ ਰਹੀਆਂ ਮੰਡੀ ਦੇ ਵਿੱਚ 1500 ਦੇ ਧੱਕੇ ਵੱਜ ਰਹੇ ਨੇ ਐਂ ਦੱਸੋ ਮੈਨੂੰ ਖੁਦਕਸ਼ੀਆਂ ਪੰਜਾਬ ਦੇ ਵਿੱਚ ਮਜ਼ਦੂਰ ਅਤੇ ਕਿਸਾਨ ਕਿਉਂ ਨਹੀਂ ਕਰਨਗੇ ਜਿਹੜੀ 5,000 ਨੂੰ 300 ਵੇਚਦੀ ਸੀ ਉਹ ਗੁਰਤੇਜ ਸਿੰਘ ਦੇ ਵੀ 40 ਕਿੱਲੇ ਲਾਏ ਹੋਏ ਨੇ ਚਾਹੇ ਉਹ ਅਕਾਲੀ ਦਲ ਲਾਏ ਚਾਹੇ ਕੋਈ ਹੋਰ ਹੈ ਉਹ ਕਾਂਗਰਸ ਨਾਲ ਜੁੜਿਆ ਹੋਇਆ ਮਾਰ ਸਾਰਿਆਂ 'ਤੇ ਹੈ ਜੇ ਦਰਬਾਰੇ ਗੁਰੂ ਸਾਹਿਬ ਨੇ 100 ਕਿੱਲੇ ਦੇ ਵਿੱਚ 11-21 ਲਾਈ ਹੈ ਉਹ ਮਾਰ ਸਾਡੇ ਪ੍ਰਿੰਸੀਪਲ ਸਾਬਕਾ 77 ਨੂੰ ਵੀ ਪੈ ਰਹੀ ਹੈ ਚਾਹੇ ਉਹ ਅੱਜ ਪੰਜਾਬ ਸਰਕਾਰ ਦਾ ਅੰਗ ਹੈ ਪਰ ਇਹਨਾਂ ਨੂੰ ਕੋਈ ਲਾਲਚ ਹੈ ਇਹਨਾਂ ਨੂੰ ਵੋਟਾਂ ਦਾ ਲਾਲਚ ਹੈ ਇਹਨਾਂ ਨੂੰ ਗੱਡੀਆਂ ਲੈਣ ਦਾ ਲਾਲਚ ਹੈ ਇਹਨਾਂ ਨੂੰ ਕੋਈ ਹੋਊਗਾ ਲਾਲਚ ਪਰ ਸਾਨੂੰ ਸਰਕਾਰ ਦਾ ਕੋਈ ਸਾਨੂੰ ਲਾਲਚ ਨਹੀਂ ਕੋਈ ਚੇਅਰਮੈਨ ਨਹੀਂ ਲੈਣੀ ਅਸੀਂ ਨਾ ਕੋਈ ਸਰਪੰਚੀ ਲੈਣੀ ਹੈ ਸਾਡਾ ਰੋਸ ਇਹ ਹੈ ਵੀ ਹੁਣ ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਭੱਜ ਕੇ ਆ ਗਏ ਹੁਣ ਪਿੰਡ ਖੱਟੇ ਮਿੱਠੇ ਲੱਗਣ ਲੱਗ ਗਏ ਅਸੀਂ ਕੋਠੀਆਂ ਮੂਹਰੇ ਕੋਈ ਬੰਬ ਲਈ ਫਿਰਦੇ ਸੀ ਅਸੀਂ ਉੱਥੇ ਆ ਦੁੱਖ ਲੈਣ ਜਾਂਦੇ ਸੀ ਉੱਥੇ ਫੋਰਸਾਂ ਲਾ ਕੇ ਧਰਤੀ ਲਾਲ ਕਰਤੀ ਪੰਜਾਬ ਦੀ ਵੀ ਤੁਸੀਂ ਇਹ ਕੀ ਬੇਸ ਆ ਸਾਡੀ ਪੰਜਾਬ ਸਰਕਾਰ ਦਾ ਸ਼ਰਾਬ ਇੱਥੇ ਇੰਨੇ ਠੇਕੇ ਖੁੱਲ ਗਏ ਠੇਕੇ ਬੰਦ ਹੋਣੇ ਚਾਹੀਦੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਹੁਕਮਨਾਮੇ ਜਾਰੀ ਪੰਥ ਦੀ ਸਰਕਾਰ ਚੰਗੀ ਗੱਲ ਸਰਕਾਰ ਸਰਕਾਰ ਕਰੋੜ ਦੇਣ ਵਾਸਤੇ ਸਰਕਾਰ ਕਿਸਾਨਾਂ ਦੇ ਕਰਜ਼ੇ ਦੇ ਲਕੀਰ ਮਾਰਨੀ ਜਾ ਰਹੀ ਹੈ ਜਿਹੜੀਆਂ 8 ਏਜੰਸੀਆਂ
ਡਿਪਟੀ ਕਮਿਸ਼ਨਰ ਸੁਣ ਲਓ ਹੁਣ ਸੁਣ ਲੈਣ ਅੱਛਾ ਜੀ ਮਾਰਕਫੈਡ ਵਾਲੇ ਖਤਰਾ ਖਤਮ ਉਹ ਖਤਰਾ ਹੀ ਵੱਡਾ ਹੈ ਨਹੀਂ ਖਤਰਾ ਨਹੀਂ ਮੰਡੀ ਚ ਨੋਟ ਕੀ ਜੇ ਫੋਨ ਤੇ ਗੱਲ ਹੁੰਦੀ ਤੁਹਾਡੀ ਕੰਮ ਨਹੀਂ ਨਹੀਂ ਮੰਡੀ ਜੇ ਬਾਦਲ ਸਾਹਿਬ ਐਲਾਨ ਕਰਦੇ ਕਰ ਰਹੇ ਨੇ ਮੰਡੀ ਸਾਡੇ ਮੰਡੀ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਡਰਾਮੇ ਆਈ ਸਾਰੇ ਸਰਕਾਰ ਦੇ ਵੋਟ ਕਰਾਉਣੇ ਸਾਰੇ ਸਤਿਕਾਰਯੋਗ ਮਜ਼ਦੂਰ ਤੇ ਕਿਸਾਨ ਭਰਾਵੋ ਅਰਥੀ ਲੋਕੋ ਗੁਰੂ ਸਾਹਿਬ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਨਾ ਇਹ ਮੋਦੀ ਕੋਲੇ ਜਵਾਬ ਹੈ ਨਾ ਇਹ ਬਾਦਲ ਕੋਲੇ ਜਵਾਬ ਹੈ ਜਿਹੜਾ ਗੱਦੀ ਤੇ ਬੈਠੇ ਨੇ ਇਸ ਵਕਤ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਨਾ ਹਰਿਆਣੇ ਦੇ ਮੁੱਖ ਮੰਤਰੀ ਕੋਲੇ ਹੈ ਨਾ ਕਿਸੇ ਹੋਰ ਜਿਹੜਾ ਸੂਬੇ ਦੇ ਵਿੱਚ ਰਾਜ ਕਰਦਾ ਮੁੱਖ ਮੰਤਰੀ ਹੈ ਕੋਈ ਨਾ ਕੋਈ MLA ਉਹਦੇ ਕੋਲੇ ਕੋਈ ਜਵਾਬ ਨਹੀਂ ਜਨਤਾ ਵਾਸਤੇ ਸਿਰਫ ਇੱਕ ਲੁੱਟ ਦਾ ਰਾਹ ਹੈ ਇੱਕ ਲੁੱਟ ਕਾਇਮ ਕਰਨੀ ਹੈ ਲੋਕਾਂ ਦੇ ਦਾਬਾ ਕਰਨਾ ਹੈ ਸੋ ਸਾਡੇ ਲੋਕ ਤਾਂ ਜਿਹੜਾ MLA ਪਿੰਡਾਂ ਦੇ ਵਿੱਚ ਆਉਂਦਾ ਉਹਨੂੰ ਤਾਂ ਮੇਜ਼ 'ਤੇ ਲਾ ਕੇ ਬਰਫੀ ਖਵਾਉਂਦੇ ਆ ਜਦੋਂ ਅਸੀਂ ਜਾਂਦੇ ਹਾਂ ਉਦੋਂ ਸੰਤ ਬਾਬਾ ਘੁੰਡ ਸੁਕਾਉਣ ਵਾਲਾ ਪਤਾ ਨਹੀਂ ਗਿੜਬੇ ਨੂੰ ਭੱਜਦਾ ਪਤਾ ਨਹੀਂ ਨਾਨਕ ਸਾਹਿਬ ਛੱਡ ਕੇ ਭੱਜਦਾ ਪਤਾ ਨਹੀਂ ਕਿੱਧਰ ਨੂੰ ਭੱਜਦਾ ਜਦੋਂ ਕੱਲ੍ਹ ਨੂੰ ਇਹੀ ਗੱਦੀ 'ਤੇ ਦਰਬਾਰਾ ਗੁਰੂ ਆ ਗਿਆ MLA ਜਿੱਤ ਕੇ ਇਹਦੀ ਕੋਠੀ ਕੋਲੇ ਵੀ ਤੁਹਾਨੂੰ ਜਾਣ ਨਹੀਂ ਦੇਣਾ ਵੱਡੀ ਪੂਛ ਵਾਲੇ ਕੁੱਤੇ ਬੰਨ ਲੈਂਦੇ ਨੇ ਵੀ ਸਰਦਾਰ ਤਾਂ ਇਹ ਨਹੀਂ ਕਰੇ ਘਰਿਆਉ ਨਹੀਂ ਹੋਣ ਦੇਣਾ ਵੀ ਗੁਰੂ ਸਾਹਿਬ ਨੂੰ ਖਤਰਾ ਹੈ।